ਇਹ ਵੀਰ ਜੀ ਆਪਾਂ ਕੈਨੇਡਾ ਤੋਂ ਮੰਗਾ ਕੇ ਵੇਚਦੇ ਹੁੰਦੇ ਸੀ। ਹਾਂਜੀ ਆਪਾਂ ਹੀ ਮੰਗਵਾਉਂਦੇ ਹੁੰਦੇ ਸੀ ਨਾਲ ਆਪਣੇ ਮਿੱਤਰ ਸੀਗੇ। ਹਾਂਜੀ ਇਹ ਅੱਜ ਕੱਲ ਤਾਂ ਮੰਗਾਉਣਾ ਬੰਦ ਕਰਤਾ, ਪਰ ਇਹਦੀ ਰਿਪੇਅਰ ਆਪਾਂ ਹਜੇ ਵੀ ਕਰ ਦਿੰਨੇ ਆ। ਕਿੰਨੇ ਕੁ ਰੁਪਏ ਭਰ ਕੇ ਮਤਲਬ ਬੰਦਾ ਸੁਤੋ ਕਰਾਲ ਜਾ ਸਕਦਾ? 35,000 ਰੁਪਿਆ ਦੇ ਕੇ ਪੱਲਿਓਂ ਕਰਾਇਆ ਜਾ ਲੈ ਜਾ ਸਕਦਾ ਜੀ। ਠੀਕ ਹੈ, ਇੱਕ ਆਪਾਂ ਨਵਾਂ ਕੰਮ ਕਰਿਆ, ਆਪਾਂ ਪੁਰਾਣਾ ਟਰਾਂਸਮੀਟਰ ਕੋਈ ਵੀ ਹੋਵੇ ਰਿਮੋਟ ਤੇ ਕਰ ਦਿੰਨੇ ਆ। ਠੀਕ ਹੈ, ਰਿਮੋਟ ਤੇ ਕਰ ਦਿੰਨੇ ਜੀ। ਹਾਂ ਆ ਦੇਖੋ ਹੁਣ ਆਪਾਂ ਇੱਥੋਂ ਚਲਾਇਆ, ਰਿਮੋਟ ਦੇ ਸਾਹਮਣੇ ਕਰਨ ਦੀ ਲੋੜ ਨਹੀਂ, ਉਹਲਿਓਂ ਵੀ ਚਲਾ ਆਂਦਾ। ਠੀਕ ਹੈ, ਠੀਕ ਹੈ ਜੀ। 14 ਫੱਟੀਆਂ, ਇੱਕ ਫੱਟੀ ਤੇ 18 ਬਲੇਡ ਆ। ਠੀਕ ਹੈ ਜੀ। ਥੱਲੇ ਕੰਗੀ 'ਚ 2 ਫੱਟੀਆਂ, ਉਹਦੇ ਦੋਵਾਂ ਫੱਟੀਆਂ ਤੇ 35 ਬਲੇਡ ਆ, ਸਾਰੇ 287 ਬਲੇਡ ਆ ਇਹਦੇ 'ਚ। ਆਪਾਂ ਹਰੇਕ ਸਿਸਟਮ ਰਿਪੇਅਰ ਕਰਦੇ ਹਾਂ ਕਿਸੇ ਕੰਪਨੀ ਦਾ ਹੋਵੇ। ਠੀਕ ਹੈ, ਕੋਸ਼ਿਸ਼ ਕਰੀ ਦੀ ਕਿਸਾਨ ਨੂੰ ਮੌਕੇ 'ਤੇ ਹੀ ਰਿਪੇਅਰ ਕਰਕੇ ਦਈਏ। ਠੀਕ ਹੈ ਜੀ। ਅਗਰ ਮੌਕੇ 'ਤੇ ਨਹੀਂ ਹੁੰਦਾ, ਆਪਣੇ ਕੋਲ ਸਹੂਲਤਾਂ ਆਪਦੇ ਸਿਸਟਮ ਹੈਗੇ 10-12 ਆਪਣੇ ਕੋਲੇ, ਆਪਾਂ ਕਿਸਾਨ ਨੂੰ ਆਪਦਾ ਸਿਸਟਮ ਦੇ ਦਿੰਦੇ ਵੀ ਭਾਈ ਤੂੰ ਆਪਦਾ ਚਲਾ ਜਾ ਕੇ ਜਦੋਂ ਤੇਰਾ ਰਿਪੇਅਰ ਹੋ ਗਿਆ ਤੈਨੂੰ ਫੋਨ ਕਰਾਂਗੇ, ਸਾਡੇ ਵਾਲਾ ਦੇ ਜੀ ਤੇ ਆਪਦਾ ਲੈ ਜੀ। ਲਾਂਬਾ ਨਹੀਂ, ਜਿਹੜਾ ਆਪਣਾ ਗੇਅਰ ਆਵੇ ਆਪਾਂ 4 ਥਾਂ ਹੀ ਲੌਕ ਹੁੰਦਾ ਕਰਿਆ। ਠੀਕ ਹੈ ਜੀ। ਹਾਂ ਇਹ 4 ਥਾਂ ਲੌਕ ਹੁੰਦਾ ਜੀ। ਹਾਂ ਗੇਅਰ ਦੇ ਵਿੱਚ ਵੀ ਰਾੜ ਪਾਈ ਆ ਸਿਲੰਡਰ ਵਾਲੀ, ਕਦੇ ਵੀ ਜਾਮ ਨਹੀਂ ਹੁੰਦਾ ਇਹ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਪਾਂ ਇਸ ਵਾਰ ਖੜੇ ਆ ਜੀ ਕੋਟਕਪੂਰਾ ਦੇ ਵਿੱਚ ਗੁਰੂ ਨਾਨਕ ਐਗਰੀ ਵਰਕਸ ਤੇ। ਸੋ ਵੀਰ ਕਮਲਜੀਤ ਸਿੰਘ ਕਾਲਾ ਨਾਲ ਆਪਾਂ ਗੱਲਬਾਤ ਸੋਰੀ ਤੁਹਾਡੀ ਸਾਰੀ ਕਰਵਾਵਾਂਗੇ। ਵੀਰ ਕੋਲ ਕੰਪਿਊਟਰ ਕਰਾ ਬਣਾਉਂਦੇ ਵੀ ਆ ਤੇ ਕੱਲੇ ਬਣਾਉਂਦੇ ਨਹੀਂ, ਜਿਵੇਂ ਗੱਲ ਜਿੰਨੀਆਂ ਕਹਿੰਦੇ ਆ ਕੰਪਿਊਟਰ ਕਰਾ ਦੇ ਵਿੱਚ ਸਾਰੀਆਂ ਦੇ ਖਰੇ ਉਤਰਦੇ ਆ, ਜਿੰਨਾ ਵਜਨ ਕਹਿੰਦੇ ਆ ਬਾਈ ਕਹਿੰਦਾ ਵੀ ਤੋਲ ਕੇ ਦਿੰਦੇ ਆ ਤੇ ਜਿਹੜੀਆਂ ਸਰਫਸਾਂ ਤੁਹਾਨੂੰ ਇਹ ਵੀਰ ਤੋਂ ਮਿਲਣਗੀਆਂ ਉਹ ਤੁਹਾਨੂੰ ਕਿਤੇ ਮਰਜ਼ੀ ਚੱਲ ਜਾਓ ਕਿਤੋਂ ਨਹੀਂ ਮਿਲਣਗੀਆਂ। ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਆ ਜੀ ਆਪਣੇ ਪੇਜ ਤੇ ਤੁਹਾਡਾ। ਤੇ ਜੇ ਆਪਾਂ ਆਹ ਕੰਪਿਊਟਰ ਕਰਾ ਦੀ ਗੱਲ ਕਰੀਏ ਜੀ, ਇਹਦੇ ਵਿੱਚ ਦੂਜੇ ਕੰਪਿਊਟਰ ਕਰਾਵਾਂ ਨਾਲੋਂ ਕੀ ਫਰਕ ਆ ਜੀ? ਇੱਕ ਵੀਰ ਜੀ ਡਬਲ ਬੈਂਡ ਕਰਿਆ ਟਰੈਕਟਰ ਤੇ ਲੋਡ ਘੱਟ ਪਾਉਂਦਾ। ਠੀਕ ਆ, ਡਬਲ ਬੈਂਡ ਆ ਲੋਡ ਟਰੈਕਟਰ ਦੇ ਘੱਟ ਪੈਂਦਾ ਤੇ ਮਾਡਲ ਕਿਹੜਾ ਜੀ ਇਹ? ਇਹ ਮਾਡਲ ਸਪੋਰਟਸ ਪਲੱਸ ਮਾਡਲ ਕਹਿ ਦਿੰਦੇ। ਠੀਕ ਆ, ਸਪੋਰਟਸ ਪਲੱਸ ਮਾਡਲ ਆ ਜੀ। ਤੇ ਇਹਦੀ ਬਾਗਟ ਦਾ ਕਿੰਨਾ ਕੁ ਰੋਲ ਹੁੰਦਾ ਜੀ ਵਿੱਚ? ਬਾਗਟ ਚ ਕਰਾਏ ਚ ਬਾਲਾ ਬਾਗਟ ਦਾ ਰੋਲ ਨਹੀਂ ਹੁੰਦਾ ਭਰਾ, ਜ਼ਿਆਦਾ ਰੋਲ ਹੁੰਦਾ ਸਿਸਟਮ ਦਾ। ਠੀਕ ਆ ਜੀ। ਬਾਗਟ ਤਾਂ ਭਲਾ ਕਵਾੜ ਹੋਵੇ ਤੇ ਉਹਦਾ ਹਾਈਡ੍ਰੌਲਿਕ ਹੋਵੇ ਨਵਾਂ ਤੇ ਸਿਸਟਮ ਲੱਗਿਆ ਹੋਵੇ ਵਧੀਆ। ਹਾਂਜੀ। ਤੇ ਸਾਰਾ ਪਿੰਡ ਪੱਧਰ ਕਰ ਦਿੰਦੀ ਹੈ। ਇਹ ਬਗਟ ਤੇਰੀ 10 ਲੱਖ ਵਾਲੀ ਵੀ ਹੈ ਨਾ, ਬਹੁਤ ਵਧੀਆ। ਤੇ ਜੇ ਤੇਰਾ ਸਿਸਟਮ ਮਾੜਾ ਕਿੱਲਾ ਨਹੀਂ ਪੱਧਰ ਹੁੰਦਾ, ਉਹ ਚੰਨੀਵੇਂ ਕਰੀ ਜਾਂਦਾ। ਹਾਂਜੀ। ਹਾਂ ਲਗਭਗ ਹੁਣ ਤਾਂ ਜਿਵੇਂ ਵੀਰ ਕਹਿੰਦਾ ਸੀ ਵੀ ਡਬਲ ਟਾਇਰ ਕਰਤੇ, ਪਹਿਲਾਂ ਸਿੰਗਲ ਟਾਇਰਾਂ ਨੇ ਲਗਭਗ ਪੰਜਾਬ ਪੱਧਰ ਕਰ ਹੀ ਦਿੱਤਾ। ਸਾਰਾ ਪੰਜਾਬ ਪੱਧਰ ਕਰਤਾ, 2-2 ਫੁੱਟ ਦੇ ਫਰਕ ਸੀ ਉਦੋਂ ਵਾਹਣਾ 'ਚ। ਠੀਕ ਹੈ, ਹੁਣ ਤਾਂ ਮੰਨ ਕੇ ਚਲੋ ਕਲਾ ਰੰਦੇ ਹੀ ਮਾਰਨਾ ਹਨਾ। ਹਾਂ ਤੇ ਇਹਦੀ ਜੇ ਆਪਾਂ ਇਹਦੀ ਗੱਲ ਕਰੀਏ ਇਹ ਕਿਵੇਂ ਪੂਰੀ ਮਜ਼ਬੂਤ ਬਣਾਈ ਹੈ ਵੀਰ ਜੀ? ਕਈ ਸਾਲਾਂ ਤੋਂ ਮਾਡਲ ਆਪਣਾ ਚੱਲ ਰਿਹਾ ਇਹ, ਕੋਈ ਲਾਂਭਾ ਨਹੀਂ ਇਹਦੇ 'ਚ ਅੱਜ ਤਾਈਂ ਆਪਾਂ ਨੂੰ, ਕੋਈ ਲਾਂਭਾ ਨਹੀਂ ਆਇਆ, ਕੋਈ ਲਾਂਭਾ ਨਹੀਂ। ਜਿਹੜਾ ਆਪਣਾ ਗੇਅਰ ਆਵੇ ਆਪਾਂ 4 ਥਾਂ ਹੀ ਲੌਕ ਹੁੰਦਾ ਕਰਿਆ। ਠੀਕ ਹੈ ਜੀ। ਹਾਂ ਇਹ 4 ਥਾਂ ਲੌਕ ਹੁੰਦਾ ਜੀ। ਹਾਂ ਗੇਅਰ ਦੇ ਵਿੱਚ ਵੀ ਰਾੜ ਪਾਈ ਆ ਸਿਲੰਡਰ ਵਾਲੀ, ਕਦੇ ਵੀ ਜਾਮ ਨਹੀਂ ਹੁੰਦਾ ਇਹ। ਠੀਕ ਹੈ ਜੀ। ਹਾਂ ਮਤਲਬ ਜਿਵੇਂ ਕਹਿ ਦਈਏ ਜਿੰਨੇ ਕ ਕਿਸਾਨ ਵੀਰਾਂ ਨੂੰ ਦਿੱਕਤ ਆਉਂਦੀ ਸੋਧਾ ਨਾਲ ਨਾਲ ਹੁੰਦੀਆਂ ਨੇ, ਨਾਲ ਦੀ ਨਾਲ ਕਿਸਾਨ ਦੀ ਗੱਲ ਪੂਰੀ ਸੁਣ ਲਈ। ਜੇ ਆਪਾਂ ਵਜਨ ਦੀ ਗੱਲ ਕਰੀਏ ਕਿੰਨਾ ਕੁ ਵਜਨ ਆ ਜੀ ਇਹਦਾ? ਵੀਰ ਜੀ ਆਪਣਾ 6 ਕੁਇੰਟਲ 85 ਕਿਲੋ ਹੈ। ਕੋਈ ਵੀ ਬਗਟ ਦਿੰਨੇ ਆਪਾਂ ਜਿੰਨਾ ਵਜਨ ਦੱਸਦੇ ਆ ਤੋਲ ਕੇ ਦਿੰਨੇ ਗਾਹਕ ਨੂੰ। ਠੀਕ ਹੈ ਜੀ। ਤੁਹਾਨੂੰ ਕਹਾਂਗੇ ਭਰਾ ਤੋਲ ਕੇ ਲੈ ਜਾ ਕੰਡੇ ਤੇ, ਕਿਲੋ ਦਾ ਫਰਕ ਹੋਇਆ ਆਪਾਂ ਜ਼ਿੰਮੇਵਾਰ ਆ। ਠੀਕ ਹੈ ਜੀ। ਤੇ ਸਿਸਟਮ ਆਪਣੇ ਕੋਲ ਕਿਹੜੇ ਕਿਹੜੇ ਹੁੰਦੇ ਆ ਜੀ ਲਾਉਣ ਵਾਲੇ? ਸਿਸਟਮ ਵੀਰ ਜੀ ਲੇਕਾ ਹੁੰਦਾ, ਅਲਫਾ ਪ੍ਰੂਫ ਸ਼ਾਟ ਹੁੰਦਾ ਵਾਲਾ, ਦੋਨੇ ਸਿਸਟਮ ਹੀ ਆਪਣੇ ਸਬਸਿਡੀ ਪਾਸ ਆ। ਠੀਕ ਹੈ, ਦੋਵੇਂ ਸਬਸਿਡੀ ਪਾਸ ਆ। ਹਾਂ ਤੇ ਜੇ ਮੰਨ ਕੇ ਜੋ ਜਿਵੇਂ ਆਹ ਆ ਗਿਆ ਇਹ ਸੇਮ ਹੀ ਆ ਜੀ ਦੋਨੇ? ਸੇਮ ਹੀ ਆ, ਬਸ ਇਹ ਲਾਈਕਾ ਤੇ ਸਬਸਿਡੀ ਹੋਣੀ ਹੈ ਇਹਦੇ ਦੀ, ਉਹਦੀ ਅਲਫਾ ਨਾਲ ਸਬਸਿਡੀ, ਉਹਦੀ ਅਲਫਾ ਨਾਲ ਹੋਣੀ ਹੈ ਤੇ ਆਹ ਲਾਈਕਾ ਨਾਲ ਹੋਣੀ ਹੈ। ਜੇ ਆਪਾਂ ਦੋਨੇ ਸਿਸਟਮਾਂ ਦਾ ਕੰਪੈਰੀਜ਼ਨ ਕਰੀਏ ਤਾਂ ਵੱਧ ਮਹਿੰਗਾ ਕਿਹੜਾ ਜੀ? ਲਾਈਕਾ 1,00,000 ਰੁਪਿਆ ਮਹਿੰਗਾ ਜੀ ਅਲਫਾ। 1,00,000 ਰੁਪਏ ਦਾ ਫਰਕ ਆ ਦੋਨਾਂ ਵਿੱਚ? ਹਾਂ ਕੰਪਨੀ ਦਾ ਸਿਸਟਮ ਦਾ ਰੇਟ ਹੀ ਵੱਧ ਹੈ ਜੀ। ਅੱਛਾ, ਸਿਸਟਮ ਦਾ ਰੇਟ ਹੀ ਵੱਧ ਆ ਤੇ ਸਬਸਿਡੀ ਦੋਵਾਂ ਤੇ ਮਿਲਦੀ ਹੈ? ਸਬਸਿਡੀ ਦੋਵਾਂ ਤੇ। ਜੇ ਮੰਨ ਕੇ ਚਲੋ ਬੰਦਾ ਤੁਹਾਡੇ ਕੋਲ ਕਰਾਹਾ ਲੈਣ ਆ ਗਿਆ, ਬੰਦਾ ਕਹਿੰਦੇ ਵੀ ਮੇਰੇ ਕੋਲ ਪੈਸੇ ਘਟਦੇ ਨੇ ਤੇ ਲੋਨ ਵਗੈਰਾ ਦੀ ਸੁਵਿਧਾ ਹੈਗੀ, ਆਪਾਂ 90% ਲੋਨ ਕਰਾ ਦਿੰਨੇ ਆ ਜੀ, 6% ਵਿਆਜ ਤੇ ਜੇ ਬੰਦਾ ਟਾਈਮ ਤੇ ਕਿਸ਼ਤਾਂ ਭਰਦਾ ਤਾਂ। ਠੀਕ ਆ, 6% ਵਿਆਜ ਤੇ 90% ਤੱਕ ਦੋਸਤੋ ਲੋਨ ਹੋ ਜਾਊਗਾ। ਜੇ ਕੀਮਤੀ ਗੱਲ ਕਰੀਏ ਫਿਰ ਕਿੰਨੇ ਕੁ ਰੁਪਏ ਭਰ ਕੇ ਮਤਲਬ ਬੰਦਾ ਸੁਤੋ ਕਰਾ ਲ ਜਾ ਸਕਦਾ? 35,000 ਰੁਪਿਆ ਦੇ ਕੇ ਪੱਲਿਓਂ ਕਰਾਇਆ ਜਾ ਲੈ ਜਾ ਸਕਦਾ ਜੀ। ਠੀਕ ਆ, 35,000 'ਚ ਮਿੱਤਰੋ ਤੁਸੀਂ ਕਰਾਹਾ ਜਿਹੜਾ ਘਰ ਲਿਜਾ ਸਕਦੇ ਹੋ ਤੇ ਬਾਕੀ ਸਿਸਟਮ ਵੀ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਬਾਰੇ। ਤੇ ਇੱਕ ਇੱਧਰ ਹੀ ਸਾਈਡ ਆਪਣੀ ਮਸ਼ੀਨ ਵੀ ਖੜੀ ਹੈ, ਇਹ ਵੀ ਆਪਣਾ ਵਰਕ ਆ ਜੀ ਨਾਲ ਨਾਲ। ਹਾਂਜੀ, ਤੂੜੀ ਵਾਲੀਆਂ ਮਸ਼ੀਨਾਂ ਵੇਚਦੇ ਆ ਆਪਣੇ ਮਿੱਤਰ ਆ ਬਰਨਾਲੇ ਅਨਮੋਲ ਵਾਲੇ। ਹਾਂਜੀ, ਉਹਨਾਂ ਦੀ ਬਣੀ ਮਸ਼ੀਨ ਹੈ ਇਹ, ਬਹੁਤ ਵਧੀਆ ਮਸ਼ੀਨ ਹੈ। ਠੀਕ ਹੈ ਜੀ। 14 ਫੱਟੀਆਂ, ਇੱਕ ਫੱਟੀ ਤੇ 18 ਬਲੇਡ ਹੈ। ਠੀਕ ਹੈ ਜੀ। ਥੱਲੇ ਕੰਗੀ 'ਚ 2 ਫੱਟੀਆਂ, ਉਹਦੇ ਦੋਵਾਂ ਫੱਟੀਆਂ ਤੇ 35 ਬਲੇਡ ਹੈ, ਸਾਰੇ 287 ਬਲੇਡ ਹੈ ਇਹਦੇ 'ਚ। ਤੇ ਸ਼ਾਰਪ ਦੇ ਲੱਗੇ ਵੀ ਸ਼ਾਰਪ, ਸ਼ਾਰਪ ਕੰਪਨੀ ਦੇ ਬਲੇਡ ਹੈ ਜੀ, ਐਪੈਕਸ ਦੇ ਵੈਰਿੰਗ ਹੈ ਜੀ, ਐਪੈਕਸ ਦੇ ਬੈਲਟ ਪਾਏ ਵੇ ਨੂੰ 60 ਗ੍ਰਾਂ ਟਰੈਕਟਰ ਵਾਲੇ ਜੇਕੇ ਦੇ ਟਾਇਰ ਹੈ। 21 ਕੁਇੰਟਲ ਵਜਨ ਹੈ ਇਹਦਾ ਜੀ। 21 ਕੁਇੰਟਲ ਵਜਨ? ਹਾਂ, ਬਹੁਤ ਵਧੀਆ ਚੱਲਦੀ ਹੈ ਮਸ਼ੀਨ ਜੀ ਇਹ।
ਭਾਰਤ ਸਰਕਾਰ ਤੋਂ ਪਾਸ ਆ ਜਿਹੜੀ ਪਾਸ ਆ ਗਈ ਤੇ ਉਸ ਤੋਂ ਜੇ ਤੁਹਾਨੂੰ ਸਬਸਿਡੀ ਆਉਂਦੀ ਆ ਤਾਂ ਤੁਹਾਨੂੰ ਇੱਥੋਂ ਮਿਲ ਜੂਗੀ ਜੇ ਸੰਦ ਲੈ ਕੇ ਆ ਇਹ ਵੀਰ ਜੀ ਲੈਕਾ ਦਾ ਸਿਸਟਮ ਹੈ ਠੀਕ ਆ ਜੀ ਜਿਵੇਂ ਗੱਲ ਕਰੀ ਆ ਆਪਣਾ ਟਰਾਂਸਮਿਟਰ ਆ ਗਿਆ ਜੀ ਨਾ ਰਿਸੀਵਰ ਤੇ ਕੰਟਰੋਲ ਪੈਨਲ ਆ ਗਿਆ ਜੀ ਠੀਕ ਆ ਕੰਟਰੋਲ ਪੈਨਲ ਆ ਗਿਆ ਅਲਫਾ ਪ੍ਰੂ ਸ਼ਾਟ ਦਾ ਉਹ ਆ ਗਿਆ ਟਰਾਂਸਮਿਟਰ ਪਿਆ ਕੰਟਰੋਲ ਬਾਕਸ ਰਿਸੀਵਰ ਉਧਰ ਲੱਗਿਆ ਠੀਕ ਆ ਜੀ ਤੇ ਜਿਵੇਂ ਆਪਾਂ ਇੱਧਰ ਨੂੰ ਜਾਈਏ ਸਿਸਟਮ ਇਹ ਆਪਣਾ ਰਿਪੇਅਰ ਦਾ ਕੰਮ ਵੀ ਹੈ ਜੀ ਨਾਲ ਹਾਂ ਆਪਾਂ ਹਰੇਕ ਸਿਸਟਮ ਰਿਪੇਅਰ ਕਰਦੇ ਹਾਂ ਕਿਸੇ ਕੰਪਨੀ ਦਾ ਹੋਵੇ ਠੀਕ ਹੈ ਮਤਲਬ ਕੋਸ਼ਿਸ਼ ਕਰੀਦੀ ਕਿਸਾਨ ਨੂੰ ਮੌਕੇ ਤੇ ਹੀ ਰਿਪੇਅਰ ਕਰਕੇ ਦਈਏ ਠੀਕ ਹੈ ਜੀ ਅਗਰ ਮੌਕੇ ਤੇ ਨਹੀਂ ਹੁੰਦਾ ਆਪਣੇ ਕੋਲੇ ਸਹੂਲਤਾਂ ਆਪਦੇ ਸਿਸਟਮ ਹੈਗੇ 10 12 ਆਪਣੇ ਕੋਲੇ ਆਪਾਂ ਕਿਸਾਨ ਨੂੰ ਆਪਦਾ ਸਿਸਟਮ ਦੇ ਦਿੰਨੇ ਵੀ ਭਾਈ ਤੂੰ ਆਪਦਾ ਚਲਾ ਜਾ ਕੇ ਜਦੋਂ ਤੇਰਾ ਰਿਪੇਅਰ ਹੋ ਗਿਆ ਤੈਨੂੰ ਫੋਨ ਕਰਾਂਗੇ ਸਾਡੇ ਵਾਲਾ ਦੇ ਜੀ ਤੇ ਆਪਦਾ ਲੈ ਮਤਲਬ ਬੰਦੇ ਦਾ ਜਿਵੇਂ ਕਹਦੀਏ ਵੀ ਸੀਜ਼ਨ ਨਹੀਂ ਖਰਾਬ ਹਾਂ ਇਹਦੇ ਇਹ ਜਮਾ ਟਰੈਕਟਰਾਂ ਕੋਈ ਕੰਮ ਕਰਦਾ ਆਪਾਂ ਕਿਸਾਨ ਨੂੰ ਚੈੱਕ ਕਰਕੇ ਦੇਈਦਾ ਇੱਕ ਆਪਾਂ ਨਵਾਂ ਕੰਮ ਕਰਿਆ ਆਪਾਂ ਪੁਰਾਣਾ ਟਰਾਂਸਮਿਟਰ ਕੋਈ ਵੀ ਹੋਵੇ ਰਿਮੋਟ ਤੇ ਕਰ ਦਿੰਨੇ ਆ ਠੀਕ ਹੈ ਰਿਮੋਟ ਤੇ ਕਰ ਦਿੰਨੇ ਜੀ ਹਾਂ ਆ ਦੇਖੋ ਹੁਣ ਆਪਾਂ ਇੱਥੋਂ ਚਲਾਇਆ ਰਿਮੋਟ ਦੇ ਸਾਹਮਣੇ ਕਰਨ ਦੀ ਲੋੜ ਨਹੀਂ ਉਹਲੇ ਵੀ ਚਲਾ ਆਂਦਾ ਠੀਕ ਹੈ ਆ ਦੇਖੋ ਹੁਣ ਮੈਂ ਉਹਨੂੰ ਚਲਾਉਂਗਾ ਹਾਂਜੀ ਹਾਂ ਇਹ ਉਹ ਵੇਖੋ ਜੀ ਹੁਣ ਚੱਲ ਪਊਗਾ ਇਹ 100 ਮੀਟਰ ਤਾਂ ਹੀ ਰੇਂਜ ਹੈ ਇਹਦੀ ਜੀ ਠੀਕ ਹੈ ਜੀ ਹਾਂ ਹੁਣ ਉਹ ਸਟਾਰਟ ਹੋ ਗਿਆ ਠੀਕ ਹੈ ਉਹ ਚੱਲ ਪਿਆ ਮਿੱਤਰੋ ਦੇਖਦਾ ਤਾਂ ਦੂਰੋਂ ਇਹਨੂੰ ਆਪਾਂ ਉਹਲੇ ਵੀ ਸਟਾਰਟ ਬੰਦ ਕਰ ਸਕਦੇ ਆ ਦੇਖੋ ਹੁਣ ਮੈਂ ਉਹਲੇ ਹੋ ਗਿਆ ਹਾਂਜੀ ਇਹ ਉਹ ਵੇਖ ਲਓ ਬੰਦ ਹੋ ਗਿਆ ਉਹ ਆਪਣੇ ਕੋਲੇ ਹੈ ਨੀ ਜਾਂ ਟਾਈਮ ਬੜਾ ਲੱਗਦਾ ਉਦੋਂ ਅਗਲੇ ਨੂੰ ਕਹੀਦਾ ਸਾਡੇ ਵਾਲਾ ਲੈ ਜਾ ਯਾਰ ਜਾ ਕੇ ਚਲਾ ਲਾ ਠੀਕ ਹੈ ਮਤਲਬ ਰੁਪਏ ਵਾਲਾ ਜੇ ਆਪਾਂ ਵਰਕ ਦੀ ਗੱਲ ਕਰੀਏ ਪੂਰਾ ਤਸੱਲੀ ਵਕਤ ਬਕਸੇ ਦੇ ਚੈੱਕ ਕਰਕੇ ਚੈੱਕ ਕਰਕੇ ਉਵੇਂ ਚਲਾ ਕੇ ਆਪਾਂ ਆਪਦੀ ਤਸੱਲੀ ਕਰਕੇ ਕਿਸਾਨ ਨੂੰ ਫੇਰ ਦੇਈਦਾ ਆਵੇ ਆ ਟਰੈਕਟਰਾਂ ਨੂੰ ਆਵੇ ਹੁਣ ਆ ਦੇਖੋ ਜੋ ਆਪੇ ਥੱਲੇ ਆਇਆ ਹਾਂਜੀ ਜਿਹੜੇ ਪਿਛਲੇ ਸਾਲ ਵੇਚੇ ਸੀ ਉਹਨਾਂ ਸਾਰਿਆਂ ਦੇ ਐਡਰੈਸ ਤੇ ਫੋਨ ਨੰਬਰ ਹੈ ਆਪਾਂ ਗਾਹਕ ਨੂੰ ਕਹੀਦਾ ਯਾਰ ਗੱਲ ਕਰ ਲਾ ਪੁੱਛਲਾ ਵੀ ਸਾਡੀ ਸਰਵਿਸ ਕਿਹੋ ਜੀ ਹੈ ਸਾਡੇ ਸਿਸਟਮ ਕਿਵੇਂ ਚੱਲਦੇ ਹੈ ਇਹਦੇ 'ਚ ਯੂਪੀ ਦੇ ਵੀ ਹੈ ਰਾਜਸਥਾਨ ਦੇ ਵੀ ਹਰਿਆਣੇ ਦੇ ਵੀ ਹੈ ਪੰਜਾਬ ਦੇ ਵੀ ਹੈ ਮਤਲਬ ਆਪਾਂ ਐਂ ਕਹੀਏ ਵੀ ਲਗਭਗ ਇੰਡੀਆ ਟੂਰ ਲਾਉਣ ਵਾਲਾ ਕੰਮ ਬਾਈ ਕਮਲਜੀਤ ਨੇ ਕਰਤਾ ਅਤੇ ਜਿਹੜੀ ਆਹ ਚੀਜ਼ ਆ ਇਹ ਕੋਈ ਨਹੀਂ ਦਿਖਾਉਂਦਾ ਤੁਹਾਨੂੰ ਇੱਕ ਦੋ ਕਸਟਮਰਾਂ ਦੇ ਨੰਬਰ ਮਿਲ ਜਾਣਗੇ ਇਸ ਤਰ੍ਹਾਂ ਲਿਸਟ ਕੋਈ ਨਹੀਂ ਲਾ ਕੇ ਰੱਖਦਾ ਵੀ ਜਿੱਥੋਂ ਮਰਜ਼ੀ ਤੁਸੀਂ ਤਸੱਲੀ ਕਰ ਲਓ ਜਿਵੇਂ ਕਹੀਏ ਪਾਰਦਰਸ਼ਤਾ ਦੇ ਨਾਲ ਵੀਰ ਕਰਾਹ ਸੇਲ ਕਰਦਾ ਗਾ ਅਤੇ ਬਾਕੀ ਜਿਹੜਾ ਮਰਜ਼ੀ ਸਿਸਟਮ ਆ ਜਿਵੇਂ ਬਾਈ ਨੇ ਨਾਲ ਸਾਈਜ਼ ਵੀ ਲਿਖਿਆ 12 ਫੁੱਟੇ ਕਰਾਹ ਲਿਆ ਆਪਣੇ ਇਹ ਵੀਰ ਜੀ ਆਪਾਂ ਕੈਨੇਡਾ ਤੋਂ ਮੰਗਾ ਕੇ ਵੇਚਦੇ ਹੁੰਦੇ ਸੀ ਹਾਂਜੀ ਆਪਾਂ ਹੀ ਮੰਗਵਾਉਂਦੇ ਹੁੰਦੇ ਸੀ ਨਾਲ ਆਪਣੇ ਮਿੱਤਰ ਸੀਗੇ ਹਾਂਜੀ ਇਹ ਅੱਜ ਕੱਲ੍ਹ ਤਾਂ ਮੰਗਾਉਣਾ ਬੰਦ ਕਰਤਾ ਪਰ ਇਹਦੀ ਰਿਪੇਅਰ ਆਪਾਂ ਹਜੇ ਵੀ ਕਰ ਦਿੰਦੇ ਹਾਂ ਠੀਕ ਹੈ ਮਤਲਬ ਇਹਦਾ ਸਾਰਾ ਸਪੇਅਰ ਪਾਰਟ ਹੁੰਦਾ ਆ ਟਰਾਂਸਮਿਟਰ ਇਹਦਾ 3-4 ਮਾਡਲਾਂ 'ਚ ਆਉਂਦਾ ਸਾਰੇ ਮਾਡਲਾਂ ਦੀ ਆਪਾਂ ਉਹਨਾਂ ਦੀ ਰਿਪੇਅਰ ਕਰਦੇ ਹਾਂ ਕੰਟਰੋਲ ਬਾਕਸ ਰਿਸੀਵਰ ਇਹਦਾ ਇਸੇ ਮਾਡਲ 'ਚ ਆਇਆ ਸੀ ਇਹਦੀ ਵੀ ਆਪਾਂ ਰਿਪੇਅਰ ਕਰਦੇ ਹਾਂ ਕੋਈ ਵੀ ਕਿਸਾਨ ਵੀਰ ਆ ਜੇ ਆਪਾਂ ਉਹਦਾ ਖੜਨ ਨਹੀਂ ਦਿੰਦੇ ਮਤਲਬ ਜੇ ਕਿਸੇ ਕਿਸਾਨ ਵੀਰ ਦੇ ਘਰ ਇਹ ਸਿਸਟਮ ਵੀ ਪਿਆ ਹੈਗਾ ਕਹਿੰਦਾ ਵੀ ਮੇਰਾ ਖਰਾਬ ਇਹ ਫਿਊਚਰਾ ਕੰਪਨੀ ਦਾ ਇਹ ਹਾਂਜੀ ਹਾਂ ਫਿਊਚਰ ਕੰਪਨੀ ਦਾ ਕਿਸੇ ਵੀਰ ਦੇ ਘਰ ਪਿਆ ਕਿਸਾਨ ਵੀਰ ਦੇ ਕਹਿੰਦਾ ਵੀ ਮੇਰਾ ਖਰਾਬ ਹੋਇਆ ਵਾ ਤਾਂ ਇੱਥੇ ਡਾਕਟਰ ਮਿਲ ਜੂ ਤੁਹਾਨੂੰ ਕੋਟਕਪੁਰੇ ਦੇ ਵਿੱਚ ਬਾਈ ਦਾ ਨੰਬਰ ਸਕਰੀਨ ਤੇ ਚਲੀ ਜਾਂਦਾ ਰਿਪੇਅਰ ਕਰਵਾ ਸਕਦੇ ਹੋ ਫਿਊਚਰ ਕੰਪਨੀ ਦਾ ਕਿਸੇ ਵੀਰ ਦੇ ਘਰ ਪਿਆ ਕਿਸਾਨ ਵੀਰ ਦੇ ਕਹਿੰਦਾ ਵੀ ਮੇਰਾ ਖਰਾਬ ਹੋਇਆ ਵਾ ਤਾਂ ਇੱਥੇ ਡਾਕਟਰ ਮਿਲ ਜੂ ਤੁਹਾਨੂੰ ਕੋਟਕਪੁਰੇ ਦੇ ਵਿੱਚ ਬਾਈ ਦਾ ਨੰਬਰ ਸਕਰੀਨ ਤੇ ਚਲੀ ਜਾਂਦਾ ਰਿਪੇਅਰ ਕਰਵਾ ਸਕਦੇ ਹੋ ਇਹ ਇਹ ਕੰਮ ਨਹੀਂ ਹੈਗਾ ਵੀ ਬਾਹਰੋਂ ਮੰਗਾ ਕੇ ਕਿਹਾ ਕਿਸਾਨ ਵੀਰ ਦੇ ਉੱਤੇ ਥੋਪਤਾ ਮੁੜ ਕੇ ਰਿਪੇਅਰ ਕੀਤੀ ਨਹੀਂ ਹਨਾ ਸਾਰੀ ਸਰਵਿਸ ਮਿਲੂਗੀ ਤੁਹਾਨੂੰ ਵੀਰ ਕੋਲੋਂ ਕਰਾਹਾ ਕੇ ਤੁਸੀਂ ਲਿਜਾ ਸਕਦੇ ਹੋ ਤੇ ਇੱਕ ਵਾਰ ਆਪਣੇ ਐਡਰੈਸ ਦੀ ਗੱਲ ਕਰੀਏ ਆਪਾਂ ਖੜੇ ਕਿੱਥੇ ਆ ਜੀ ਐਡਰੈਸ ਵੀਰ ਜੀ ਆਪਾਂ ਇਹਨੂੰ ਬਾਜਾ ਖਾਨਾ ਰੋਡ ਬੋਲਦੇ ਕੋਟਕਪੁਰੇ ਤੋਂ ਬਾਜਾ ਖਾਨਾ ਹਾਂਜੀ ਇਹ ਬਾਬਾ ਗੱਜਣ ਸਿੰਘ ਐਂਡ ਮਾਤਾ ਸੰਤ ਕੌਰ ਮੈਮੋਰੀਅਲ ਕਮਿਊਨਿਟੀ ਸੈਂਟਰ ਦੇ ਬਿਲਕੁਲ ਸਾਹਮਣੇ ਆਪਾਂ ਠੀਕ ਆ ਉਹਦੇ ਬਿਲਕੁਲ ਸਾਹਮਣੇ ਆਪਣੀ ਫਰਮ ਆ ਜੀ ਤੇ ਫਰਮ ਰਜਿਸਟਰਡ ਆ ਵੱਡੀ ਗੱਲ ਫਰਮ ਰਜਿਸਟਰਡ ਆ ਜੀ ਤੇ ਸਬਸਿਡੀ ਪਾਸ ਆ ਜਦੋਂ ਕੋਈ ਵੀ ਸਬਸਿਡੀ ਲੈਣੀ ਆ
साधन की मिली भी है तो वह इतों मिलेगी मिलेगी सो एक बार वीर को पहुंचो जरूर बाजा कर अपना सर्विस सेंटर अंदर भी सामने करते हैं रिपेयर तो आप परदे वाला नहीं रिपेयर वगैरह सिस्टम अंदर पिया अपना स्पेयर पार्ट संद वगैरह अंदर रखी दे महंगा समान होंगे ਇਹ ਥੋੜਾ ਅੰਦਰ ਰੱਖਣਾ ਪੈਂਦਾ ਹੈ ਉੱਥੇ ਸਾਰੀ ਦਿਹਾੜੀ ਕਸਟਮਰ ਆਉਂਦੇ ਰਹਿੰਦੇ ਆ ਹਾਂਜੀ ਤੇ ਇਹਦੀ ਸਿਸਟਮ ਦੀ ਰਿਪੇਅਰ ਵੀ ਮਤਲਬ ਇੱਥੇ ਹੁੰਦੀ ਹੈਗੀ ਹਾਂ ਬਿਲਕੁਲ ਹਰੇਕ ਦੀ ਪੂਰੇ ਬੰਦ ਮੈਂ ਮੰਨ ਕੇ ਚੱਲੋ ਵੀ ਕਿਸਾਨ ਵੀਰ ਦੇ ਸਾਹਮਣੇ ਹੁੰਦੀ ਹੈ ਉਹਦੇ ਸਾਹਮਣੇ ਚੀਜ਼ ਪਾਈ ਜਾਂਦੀ ਹੈ ਵੀ ਆਹ ਚੀਜ਼ ਤੇਰੀ ਖਰਾਬ ਆ ਤੇ ਪੈਗੀ ਹਨਾ ਉਹ ਕੰਮ ਨਹੀਂ ਹੈਗਾ ਵੀ ਪਰਦੇ ਚੱਲ ਜਾ ਕੇ ਕਹਤਾ ਵੀ ਤੇਰਾ 500 ਦੀ ਚੀਜ਼ ਸੀ ਤੇ 15 ਦੀ ਪਾਤੀ ਹੈ ਨਾ ਉਹ ਕੰਮ ਨਹੀਂ ਹੈਗਾ ਸੋ ਵੀਰ ਨੂੰ ਮੌਕਾ ਜਰੂਰ ਦਿਓ ਸਕਰੀਨ ਤੇ ਨੰਬਰ ਪਾਈ ਦਾ ਚੱਲੀ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰ ਜੀ ਤੁਹਾਡਾ ਵੀ ਸਾਡੀ ਵਰਕਸ਼ਾਪ ਤੇ